ਵਧੀਆ ਚਾਹੀਦੀ, ਪਸ਼ਮੀਨੇ ਦੀ ਕਸ਼ਮੀਰ ਤੋਂ ਲਿਆ ਦੀ ਹੈ। ਔਰ ਨਾਮ ਤੇ ਦਿਖਾਵਾਂ, ਇਹ ਦੇਖੋ ਪਿਓਰ ਪੇਡੂ ਦੀ ਹੁੰਦੀ ਹੈ। बड़े बड़े खुले खुले कपड़े च गुर बारे से नहीं आता, जिदा मर्जी उड़ाओ। सौ साल तक अगले साल चलो मैं जीना लंबी उम्र दे रंग आस होनी चाहिए। इंसान की कहा मैं अगले साल पौनी है, लंबी कोठी एक और दिखाना। देखो केसर दे ला के दुध जो पा के पी लियो। केसरी फूल है ने, इसमें कलर और भी है, ब्लैक और ग्रे, ब्लैक एंड ग्रे। ये देखो आ सोना है, आ ज्यादा बढ़िया लगन दिया रेड नाल। हां तो रेड तो भी ज्यादा प्यारा है, ओही मैं कहनी रेड नाल ज्यादा ग्रेस आ। प्योर रम दी कोटी जिदा मर्जी किसी टाइम इंसान पा के सो के भी गया नींद आ जाती है। रेट की है दादा जी? रेट नहीं महंगी इतनी नहीं, ये आ गई 1500 की, सस्ती है, सस्ती है, सस्ती आ जाता भी है दीदी। एक चाहे पिछेड़ू कर ले चाहे 1500 पीछे कर ले चाहे आगे कर ले, सही गल है। सोनी है छोटी। और कोई नेक्स्ट दिखाऊं? डबल एक्सल होना दीदी उन्होंने ज्यादा मोटी है, बहुत ज्यादा ਉਹਨਾਂ ਦੇ ਹਿੱਪ ਕਿੰਨੀ? ਚਲ 33 ਕਿਲੋ ਤਾਂ ਪਤਲੇ ਹੀ ਹੋਣੇ ਨਾ, ਹੈ ਨਹੀਂ ਆ 29 ਇੰਚ ਆ ਦੇ 29 ਹਾਂ, ਫਿਰ 4 ਐਕਸਲ ਆਣਾ, 4 5 ਐਕਸਲ ਜਿਹੜੇ ਹੁੰਦੇ ਭਾਜੀ ਉਹ ਵਾਲਾ ਚਾਹੀਦਾ। ਇਹ ਖੁੱਲਦੀ ਸਟੈਚ ਹੋਣੀ ਹੈ ਨਾ ਕੋਟੀਆਂ, ਜਦੋਂ ਸ਼ਰੀਰ ਤੇ ਚੀਜ਼ ਲੱਗੀ ਨਾ ਫਿਰ ਖੁੱਲ ਜਾਂਦੀ ਹੈ, ਫਿਰ ਪਰ ਇਹ ਨਾ ਬਟਨ ਜਦੋਂ ਜ਼ਿਆਦਾ ਓਪਨ ਜੇ ਹੋ ਜਾਂਦੇ ਆ, 1 2 3 ਆ 3 ਹੀ ਬਟਨ ਆਉਂਦੇ, ਫਿਰ ਮਤਲਬ ਜੇ ਜ਼ਰੂਰਤ ਪੈ ਗਈ ਤੇ ਚੌਥਾ ਲਾ ਦਿੰਦੇ, ਨਹੀਂ ਤਾਂ ਓਪਨ ਹੀ ਰੱਖ ਦਿੰਦੇ 2 ਬਟਨ। ਹਾਂ ਇਹ ਦੇਖੋ ਫਿਰ ਇਹ ਆ ਗਈ ਜ਼ਿਲ੍ਹਾ ਰੰਗਵਾੜ ਪੇਂਟਿੰਗ ਤਾਂ ਤਿਆਰ ਤੋਂ ਆਈ ਹੈ ਕੋਟੀ, ਅੱਧੀ ਤਾਂ ਮੈਨੂੰ ਗੱਲ ਹੀ ਸਮਝ ਨਹੀਂ ਆਈ ਬਿਹਾਰ ਤੋਂ ਆਈ। ਕਿੰਨੀ ਕੁ ਦੂਰੋਂ? ਇਹ ਮਤਲਬ ਇੰਡੀਆ ਦੀ ਵੀ ਆਈ ਨਹੀਂ, ਮਤਲਬ ਇੰਡੀਆ ਤੋਂ ਬਾਹਰੋਂ ਆਈ ਹੈ। ਇੱਕ 44 ਸਾਈਜ਼ ਹੈ। ਹਾਂ ਆ ਹੋ ਸਕਦਾ ਦੀਦੀ, ਇਹ ਪਾਰੇ ਪਾਰੇ ਸ਼ਰੀਰ ਦੇ ਫੁੱਲ ਸਾਈਜ਼, ਜਿੱਦਾਂ ਕੋਈ ਪਾਰ ਪਾਰਾ ਸ਼ਰੀਰ ਹੋਵੇ ਨਾ ਉਹਨੂੰ ਆ ਸਕਦੀ ਹੈ, ਮੋਟਾ ਬੰਦੇ ਨੂੰ। ਉਹ ਗ੍ਰੇ ਵਾਲੀ ਨਿਕਾਲਿਓ, ਲਾਈਟ ਗ੍ਰੇ ਨੀਚੇ ਦੂਜੀ ਸਾਈਡ ਜਿਹੜਾ ਇਹ, ਨਹੀਂ 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 ਉਧਲੀ ਸਾਈਡ ਹੀ, ਇਹ ਉਹਦੇ ਉੱਪਰ ਹੀ ਗੋਲਡਨ ਦੇ ਉੱਪਰ ਨੀਚੇ ਹੋਰ ਨੀਚੇ ਆ ਵਾਲੀ ਇਹ ਜੈਂਟਸ ਹੈ। ਅੱਛਾ ਇਹ ਕੋਟੀ ਇਹ ਦੇਖੋ ਬਟਨ ਦੋ ਚਾਰ ਇਸ ਤੇ ਇਹ ਬਟਨ ਛੋਟੇ ਛੋਟੇ ਲੱਗੇ ਨੇ,
ਬਰੀਕ ਚਾਹੁੰਦਾ ਸੀ ਥੋੜਾ ਮੋਟੇ ਚਾਹ ਰਿਹਾ ਇਦਾਂ ਦਾ ਮੇਰੇ ਤੋਂ ਵੀ ਆ ਬਲੈਕ ਪਹਿਲੇ ਇਦਾਂ ਦਾ ਸਟੈਪ ਆ ਰਿਹਾ ਸੀ ਆ ਦੇਖੋ ਸਟੈਪ ਨਹੀਂ ਨਹੀਂ ਆ ਵੀ ਆਉਂਦਾ ਸੀਗਾ ਉਹ ਵੀ ਹੈਗਾ ਮੇਰੇ ਕੋਲ ਬਲੈਕ ਕਲਰ ਆ ਉਹਦੇ ਵਿੱਚ ਇਹ ਦੇਖੋ ਅੱਗੇ ਸੋਨੇ ਦੇ ਮੋਤੀ ਲੱਗੇ ਹੋਏ ਨੇ ਆ ਦੇਖੋ ਇਹਦਾ ਡਾਕਾ ਮਗਰ ਹੀ ਪਾਉਣ ਵਾਲਾ ਸਾਹਿਬ ਇਹ ਸੋਨੇ ਦੇ ਮੋਤੀ ਤੇ ਮੈਂ ਲਾਉਣੇ ਸੀ ਮੈਂ ਕਹਿੰਦੀ ਚਲੋ ਜਿਹਨੇ ਗਾਹਕ ਨੇ ਲੈਣੇ ਉਹਦਾ ਫਰਕ ਹੋ ਜਾਊਗਾ ਨਹੀਂ ਰੇਟ ਕੀ ਆ ਰੇਟ ਇਸ ਦਾ 2000 ਰੁਪਏ ਚੱਲ ਤੇ ਫੇਰ ਸੋਨਾ ਹੀ ਨਾ ਸੋਨਾ ਮਹਿੰਗਾ ਸਾਡੇ ਕਸ਼ਮੀਰ ਚ ਆਈ ਚੀਜ਼ ਸਸਤੀ ਹੈ ਰੱਬ ਨੇ ਬਹੁਤ ਦਿੱਤਾ ਹੈ ਸਾਰੀ ਤਾਂ ਹੀ ਤੇ ਚੀਜ਼ ਸਸਤੀ ਹੈ ਬਹੁਤ ਚੀਜ਼ ਸਸਤੀ ਹੈ ਕਸ਼ਮੀਰ ਚ ਆਈ ਚੀਜ਼ ਸਸਤੀ ਹੈ ਪੰਜਾਬ ਅਸੀਂ ਤਾਂ ਹੀ ਤਾਂ ਆਪਣੇ ਭੈਣਾਂ ਭਰਾਵਾਂ ਨੂੰ ਚੀਜ਼ ਸਸਤੀ ਦੇ ਦਿੰਦੇ ਹਾਂ ਉਦਾਂ ਪਤਾ ਕਰੋ ਤਾਂ ਉਦਾਂ ਕਿੰਨੀ ਮਹਿੰਗੀ ਕੋਟੀ ਹੈ ਜਿਹਨੂੰ ਸੋਨੇ ਮੋਤੀ ਲੱਗੇ ਨੇ ਉਹ ਕੋਟੀ ਸਸਤੀ ਆਉਣੀ ਹੈ ਮੇਰੀ ਗੱਲ ਸੁਣੋ ਭਾਜੀ ਆਪਾਂ ਕਿਹੜਾ ਕਿਸੇ ਹੋਰ ਤੋਂ ਲਈ ਦੀਆਂ ਪਤਾ ਨਹੀਂ ਪਤਾ ਲਈ ਦੀਆਂ ਕੋਟੀਆਂ ਤੇ ਫਿਰ ਹੁਣ ਰੇਟ ਇੰਨੇ ਜ਼ਿਆਦਾ ਤੁਸੀਂ ਦੱਸਣ ਲੱਗ ਪਏ ਤੁਸੀਂ ਪਸੰਦ ਕਰੋ ਨਾ ਕਿਹੜੀ ਕਿਹੜੀ ਲੈਣੀ ਹੈ ਤੁਸੀਂ ਕਿੰਨੀਆਂ ਚਾਹੀਏ 10 ਲੈਣੀਆਂ 20 ਲੈਣੀਆਂ 2 ਲੈਣੀਆਂ 4 ਲੈਣੀਆਂ ਕਿੰਨੀਆਂ ਠੀਕ ਤੇ ਕੱਪੜੇ ਸੀਨੇ ਹੁੰਦੇ ਆ ਇਹ ਕੋਟੀਆਂ ਨਹੀਂ ਵੇਚੀ ਦੀਆਂ ਹਾਂ ਨਹੀਂ ਜੱਜ ਦੀ ਗੱਲ ਨਹੀਂ ਕਰਦਾ ਨਾ ਮੈਂ ਕਹਿੰਦਾ ਤੁਸੀਂ ਪਸੰਦ ਕਰੀਏ ਰੱਖ ਲਓ ਦੇਖੋ 10-20 ਰੁਪਏ ਘੱਟ ਕਰਦੇ ਸਾਂ ਆ ਹਾਂ ਹਾਂ ਨਾ 100 ਨਾ 200 ਸਿੱਧਾ ਹੀ 10-20 ਤੇ ਦੇਖੋ ਨਹੀਂ ਆ ਭਾਜੀ ਸਾਰੀਆਂ ਸਹੀ ਦੇਖੋ ਜੇ ਲੈਣੀ ਕਢਾਈ ਵਾਲੀ ਕੋਟੀ ਤੇ ਕਢਾਈ ਵਾਲੀ ਵੀ ਆ ਦੇਖ ਲਓ ਗੱਲਾ ਸਾਰਾ ਕੱਢਿਆ ਦਾ ਕਲਰ ਵੀ ਸੋਹਣਾ ਬਟਨ ਵੀ ਨੂੰ ਗੋਲਡਨ ਲੱਗੇ ਨੇ ਬਟਨ ਵੀ ਨੂੰ ਗੋਲਡਨ ਲੱਗੇ ਨੇ ਗੋਲਡਨ ਦਾ ਤਾਂ ਮੁੱਲ ਆ ਗੋਲਡਨ ਦਾ ਮੁੱਲ ਹੈ ਨਾ ਤਾਂ ਹੀ ਇਹ ਸਾਊਦੀ ਅਰਬ ਦੀ ਕੋਟੀ ਹੈ ਉੱਥੇ ਦੇ ਜਿਹੜੇ ਨਾ ਉਹ ਲਾਲੇ ਉਹ ਕੀ ਕੰਮ ਕਰਦੇ ਨੇ ਕਿ ਜੇ ਕੋਟੀ ਉਹਦੇ ਸੋਨਾ ਉਹਨਾਂ ਨੂੰ ਫਾਲਤੂ ਹੈ ਉਹ ਕੋਟੀਆਂ ਤੇ ਲਾ ਦਿੰਦੇ ਨੇ ਸਹੀ ਗੱਲ ਆ ਸਹੀ ਹੈ ਵਧੀਆ ਸਾਨੂੰ ਮਤ ਪਤਾ ਹੈ ਫਿਰ ਜਦ ਅਸੀਂ ਸੁਨਾਰ ਤੋਂ ਲੈ ਕੇ ਜਾਂਦੇ ਹਾਂ ਨਾ ਫਿਰ ਉਹ ਕਹਿੰਦੇ ਨੇ ਇਹ ਤਾਂ ਸੋਨੇ ਦੀਆਂ ਤਾਰਾਂ ਨੇ ਸਾਨੂੰ ਪਿੱਛੇ ਨਹੀਂ ਮਹਿੰਗੀਆਂ ਦਿੰਦੇ ਕਦੋਂ ਮਹਿੰਗੀਆਂ ਭਾਜੀ ਉੱਥੇ ਥੋੜੀ ਮਹਿੰਗੀਆਂ ਆਉਂਦੀਆਂ ਆ ਉਹਦੇ ਕਿਹੜੀ ਤੁਸੀਂ ਲੁਧਿਆਣੇ ਤੋਂ ਲੈ ਕੇ ਆਏ ਹੋ ਨਾ ਤੇ 100 ਦੀਆਂ 4 ਦਿੰਦੇ ਨੇ ਕੋਟੀਆਂ ਸੋਹਣੀਆਂ ਆ ਭਾਜੀ ਤੇ ਦੇ ਜੋ ਕੁੜੀਆਂ ਮੰਗਣ ਦੀਆਂ ਮੈਂ ਬੇਚਣੀ ਆਇਆ ਆ ਦੇਖ ਲੋ ਕੇਸਰ ਦੇ ਫੁੱਲ ਲੱਗੇ ਦੇ ਸਿਹਤ ਬਣ ਜਾਣੀ ਹੈ।